ਤੁਸੀਂ ਕੀ ਸਵੇਰੇ ਸਵੇਰੇ ਕੁੱਤੀ ਚੀਕਾ ਪਾਏ ਯਾਰ, ਕੋਈ ਨਵਾਂ ਤਮਾਸ਼ਾ ਦਿਖਾਓ ਯਾਰ। ਨਵਾਂ ਤਮਾਸ਼ਾ ਦਿਖਾਉਣ ਨੂੰ ਹੁਣ ਮੈਂ ਸੱਪ ਨਿਉਲ ਦੀ ਲੜਾਈ ਦਿਖਾ ਦਵਾਂ। ਪਾਪਾ ਜੀ ਕਰੋੜਪਤੀ ਨਾ ਸਹੀ, ਘੱਟੋ ਘੱਟ ਅਰਬਪਤੀ ਤਾਂ ਬਣਾ ਹੀ ਦਿਓ। 150 ਏਕੜ ਵਿੱਚ ਕਾਟਨ ਦੇ ਫਾਰਮ ਹੈ ਸਾਡੇ, ਤੇ ਤੁਹਾਡੇ ਵਰਗਿਆਂ ਨੂੰ ਅਸੀਂ ਆਪਣੇ ਫਾਰਮ ਤੇ ਨਾ ਸੀਰੀ ਵੀ ਨਹੀਂ ਰੱਖਦੀਆਂ। ਮੈਡਮ ਤੁਹਾਡੇ ਕੁਝ ਲੱਗਦੇ ਆ? ਮੈਂ ਜਦ ਬ੍ਰੇਕ ਮਾਰਦਾ ਸੀ ਨਾ ਮਾੜੇ ਮਾੜੇ ਨਾਲ ਲੱਗਦੇ। ਤੇਰੀ ਕਮਜ਼ੋਰੀ ਤੇਰੇ ਲਾਡਲੇ ਮੁੰਡੇ, ਤੇ ਮੇਰੀ ਕਮਜ਼ੋਰੀ ਮੇਰੀ ਮੱਖਣੀ। ਮੈਂ ਹਵਾ ਦਾ ਝੋਕਾ ਹਾਂ, ਤੂੰ ਮੈਨੂੰ ਮਹਿਸੂਸ ਕਰ ਸਕਦਾ ਪਰ ਛੂ ਨਹੀਂ ਸਕਦਾ। ਕਿ ਹਵਾਵਾਂ ਜਦੋਂ ਸਾਹਾਂ 'ਚ ਘੁਲ ਕੇ ਇੱਕਮਿੱਕ ਹੁੰਦੀਆਂ ਨਾ, ਫਿਰ ਪਤਾ ਨਹੀਂ ਲੱਗਦਾ ਸਾਹ ਕਿਹੜੇ ਤੇ ਹਵਾ ਕਿਹੜੇ। ਤੁਸੀਂ ਇੱਕ ਕਿੱਲਾ ਜ਼ਮੀਨ ਵੇਚਣ ਦੀ ਗੱਲ ਕਰਦੇ ਹੋ, ਮੈਂ ਸਾਲੇ ਉਹ 1 ਇੰਚ ਨਹੀਂ ਵੇਚਣੀ। ਕਿੱਥੇ ਸਾਈਨ ਕਰਨੇ? ਲਾਡਲੀ ਔਲਾਦ ਤੇ ਸੋਹਣੀ ਜਨਾਨੀ, ਬੰਦੇ ਤੋਂ ਕੀ ਕੁਛ ਨਹੀਂ ਕਰਵਾਉਂਦੇ। ਮਾਰ ਜਾਇਓ ਬਚੋਲਾ ਜਿੰਨੇ ਮੈਨੂੰ ਤੇਰੇ ਨਾਲ ਫਸਾਇਆ। ਜੇ ਪਾਸਾ ਸਿੱਧਾ ਪੈ ਗਿਆ ਨਾ, ਆਪਣੇ ਤੋਂ ਹੱਥਾਂ ਨਾਲ ਨੋਟ ਨਹੀਂ ਗਿਣੇ ਜਾਣੇ। ਮੈਂ ਕਿਹਾ ਜੀ, ਇਹਦਾ ਮਤਲਬ ਤੁਸੀਂ ਮੰਨ ਗਏ? ਰਹਿ ਬਾਲੀ ਬੂਝ, ਮੰਨੇ ਬੰਬਲ ਬੂਸੇ ਮੇ ਨਾ ਪਾਵੇ। ਪੜੇ ਲਿਖੇ ਜੋ ਜੱਟ ਹੁੰਦੇ ਆ, 16 ਦੂਣੀ 8 ਹੁੰਦੇ ਆ, ਮੁੱਖ ਮੰਤਰੀ ਵਾਲੀ ਵੀ ਲਿਖ ਕਿਸੇ ਗੱਲੋਂ ਨਾ ਕੱਟ ਹੁੰਦੇ ਆ। ਫੁੱਲ ਨਜ਼ਾਰੇ ਲਈਏ ਆਪਾਂ ਪਿੰਡੂਆ। ਹਲੋ ਲੱਸੀ ਪੀਓ। ਮਾੜਾ ਸਾ ਇੱਕ ਵਾਰ ਮੇਰਾ ਰਸਾ ਖੁੱਲ ਜਾਣੇ ਦੇ, ਸ਼ਾਸ਼ ਤਾਂ ਤੰਨਾ ਮੈਂ ਪਿਆਉਂਗਾ ਛੋਰੇ। ਯਾਰ ਬਾਪੂ ਐਕਟਿੰਗ ਨਹੀਂ ਘੈਂਟ ਕਰ ਰਿਹਾ? ਪਰ ਬਾਪੂ ਹੈ ਕਿਹੜਾ।